ਸਤਿ ਸ੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਪੰਜਾਬ ਦੇ ਲੀਡਰਾਂ ਦੇ ਵਿਵਾਦਿਤ ਬਿਆਨ ਅਕਸਰ ਹੀ ਆਉਂਦੇ ਰਹਿੰਦੇ ਨੇ ਅਤੇ ਹੁਣ ਵਾਰੀ ਆਈ ਹੈ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ, ਜਿਨ੍ਹਾਂ ਨੇ ਕਿ ਆਪਣਾ ਇੱਕ ਬਿਆਨ ਦਿੰਦੇ ਸਮੇਂ ਕਰਜ਼ਾ ਮੁਆਫੀ ਨੂੰ ਭੀਖ ਕਹਿ ਦਿੱਤਾ। ਨਾ ਸਾਨੂੰ ਕਰਜ਼ੇ ਮਾਫੀ ਦੀ ਭੀਖ ਮੋਦੀ ਸਾਹਿਬ ਕੋਲੋਂ ਚਾਹੀਦੀ ਹੈ ਤੇ ਨਾ ਸਾਨੂੰ ਕਰਜ਼ਾ ਮਾਫੀ ਦੀ ਭੀਖ ਕੈਪਟਨ ਅਮਰਿੰਦਰ ਸਿੰਘ ਕਾਂਗਰਸੀਆਂ ਦੇ ਕੋਲੋਂ ਚਾਹੀਦੀ ਹੈ। ਸਾਨੂੰ ਸਾਡਾ ਹੱਕ ਚਾਹੀਦਾ, ਉਹ ਹੱਕ ਜਿਹੜਾ 16 ਨਵੰਬਰ 2016 ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਪਾਸ ਹੋ ਕੇ ਕਾਨੂੰਨ ਬਣ ਚੁੱਕਿਆ ਕਿ ਅਸੀਂ ਰਾਜਸਥਾਨ ਤੋਂ ਪਾਣੀ ਦੀ ਕੀਮਤ ਲੈਣੀ ਆ 16 ਲੱਖ ਕਰੋੜ ਰੁਪਈਆ ਇਕੱਲੇ ਰਾਜਸਥਾਨ ਤੋਂ, ਹਰਿਆਣਾ ਤੇ ਦਿੱਲੀ ਵੱਖਰੇ ਆ। ਜੇ 16 ਲੱਖ ਕਰੋੜ ਰੁਪਈਆ ਸਾਡੀ ਡਿਮਾਂਡ ਹੈਗੀ ਮੋਦੀ ਸਾਹਿਬ ਕੋਲੋਂ, ਗੈਰ ਕਾਨੂੰਨ ਤੌਰ ਤੇ ਸਾਡਾ ਪਾਣੀ ਪੰਜਾਬ ਦਾ ਖੋ ਕੇ ਰਾਜਸਥਾਨ ਹਰਿਆਣਾ ਤੇ ਦਿੱਲੀ ਨੂੰ, ਕਮ ਸੇ ਕਮ ਜਿਹੜਾ ਕਾਨੂੰਨ ਪੰਜਾਬ ਵਿਧਾਨ ਸਭਾ ਦੇ ਵਿੱਚ 16 ਨਵੰਬਰ 2016 ਨੂੰ ਪਾਸ ਹੋ ਚੁੱਕਿਆ ਉਹਦੀ ਕੀਮਤ ਦਿਓ ਸਾਨੂੰ, ਅਸੀਂ ਤੁਹਾਡੇ ਕੋਲੋਂ ਕਰਜ਼ਾ ਮਾਫੀ ਦੀ ਭੀਖ ਨਹੀਂ ਮੰਗਣੀ। ਦਰਅਸਲ ਸਿਮਰਜੀਤ ਸਿੰਘ ਬੈਂਸ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਬਾਰੇ ਆਪਣੇ ਵਿਚਾਰ ਦੇ ਰਹੇ ਸਨ ਅਤੇ ਇਸ ਵੇਲੇ ਉਹਨਾਂ ਨੇ ਨਰਿੰਦਰ ਮੋਦੀ ਨੂੰ ਬਰਸਾਤੀ ਡੱਡੂ ਵੀ ਕਰਾਰ ਦੇ ਦਿੱਤਾ। ਉਹ ਸਿਰਫ ਤੇ ਸਿਰਫ ਇਹ ਬਰਸਾਤੀ ਡੱਡੂ ਆ, ਬਰਸਾਤਾਂ ਦੇ ਦਿਨਾਂ ਦੇ ਵਿੱਚ ਬਰਸਾਤੀ ਡੱਡੂ ਟਰੈਂ ਟਰੈਂ ਕਰਦੇ ਆ। ਬਿਨਾਂ ਬਰਸਾਤਾਂ ਤੋਂ ਕਦੇ ਕਿਸੇ ਨੇ ਡੱਡੂਆਂ ਦੀ ਆਵਾਜ਼ ਸੁਣੀ ਹੋਵੇ ਮੈਨੂੰ ਦੱਸ ਦਿਓ। ਜਦੋਂ ਵੋਟਾਂ ਆ ਗਈਆਂ ਨਾ ਤੇ ਵੋਟਾਂ ਆਉਂਦੇ ਸਾਰ, ਚਾਹੇ ਉਹ ਪ੍ਰਧਾਨ ਮੰਤਰੀ ਜੀ ਆ, ਚਾਹੇ ਉਹ ਕੇਂਦਰ ਦੇ ਮੰਤਰੀ ਸਾਹਿਬਾਨ ਨੇ, ਚਾਹੇ ਉਹ ਸੂਬੇ ਦੀ ਹਕੂਮਤੀ ਪਾਰਟੀ ਹੈਗੀ ਮੁੱਖ ਮੰਤਰੀ ਜਾਂ ਮੰਤਰੀ ਮੰਡਲ, ਤੇ ਇਹ ਫਿਰ ਆਪਣੇ ਰਾਗ ਲਾਪਣੇ, ਝੂਠ ਵਾਲੇ ਰਾਗ ਲਾਪਣੇ ਸ਼ੁਰੂ ਕਰ ਦਿੰਦੇ ਆ। ਮੈਂ ਫਿਰ ਕਹੂੰਗਾ ਕਿ ਮੋਦੀ ਸਾਹਿਬ ਪੰਜਾਬ ਦੇ ਵਿੱਚ ਆਏ ਆ, ਸਾਨੂੰ ਕਰਜ਼ੇ ਦੀ ਭੀਖ ਨਹੀਂ ਚਾਹੀਦੀ। ਸਿਮਰਜੀਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਨੂੰ ਹੁਣ ਪੰਜਾਬ ਦੇ ਅਤੇ ਦੇਸ਼ ਦੇ ਲੋਕ ਵੋਟਾਂ ਕਿਉਂ ਪਾਉਣਗੇ, ਕਿਉਂਕਿ ਉਹਨਾਂ ਨੇ ਤਾਂ ਆਪਣਾ ਕੋਈ ਵੀ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਹੈ। ਕਿਉਂ ਵੋਟ ਪਾਉਣ? ਮੋਦੀ ਸਾਹਿਬ ਨੇ 2 ਕਰੋੜ ਨੌਕਰੀਆਂ ਦੇਣੀਆਂ ਸੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹਰ ਘਰ ਦੇ ਵਿੱਚ ਇੱਕ ਪੁੱਤ ਨੂੰ ਨੌਕਰੀ, ਜਿੱਥੇ ਪੁੱਤ ਨਹੀਂ ਉੱਥੇ ਧੀ ਨੂੰ ਨੌਕਰੀ ਦੇਣੀ ਸੀ। ਮੋਦੀ ਸਾਹਿਬ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ, ਸਿਫਾਰਿਸ਼ਾਂ ਲਾਗੂ ਕਰਨੀਆਂ ਸੀ। ਕਿਹੜਾ ਕੰਮ ਜਿਹੜਾ ਮੋਦੀ ਸਾਹਿਬ ਨੇ ਕੀਤਾ, ਇਹ ਜ਼ਰੂਰ ਆ ਕਿ ਜੁਮਲੇ ਸੁਣਾ ਸੁਣਾ ਕੇ ਮਨ ਕੀ ਬਾਤ, ਅਤੇ ਦੇਸ਼ ਦੇ ਲੋਕਾਂ ਦੇ ਮਨ ਦੀ ਬਾਤ ਤਾਂ ਸੁਣੀ ਨਹੀਂ ਮੋਦੀ ਸਾਹਿਬ ਨੇ, ਸੋ ਕਿਹੜੇ ਮੂੰਹ ਨਾਲ ਆ ਰਹੇ ਆ। ਮੈਂ ਫਿਰ ਕਹੂੰਗਾ ਕਿ ਜੀ ਆਇਆਂ ਨੂੰ, ਉਹ ਪੰਜਾਬ ਦੇ ਵਿੱਚ ਆ ਰਹੇ, ਪਰ ਸਾਡੇ ਪਾਣੀ ਦੀ ਕੀਮਤ ਜਿਹੜੀ 16 ਲੱਖ ਕਰੋੜ ਰੁਪਈਆ ਬਣਦੀ ਆ, ਉਹ ਕੀਮਤ ਪੰਜਾਬ ਨੂੰ ਅੱਜ ਜ਼ਰੂਰਤ ਹੈਗੀ ਆ ਸਾਨੂੰ 16 ਲੱਖ ਕਰੋੜ ਰੁਪਈਏ ਦੀ, ਮੁਫ਼ਤ ਦੇ ਵਿੱਚ ਲਿਜਾਏ ਜਾ ਰਹੇ ਪਾਣੀ ਦੀ ਕੀਮਤ ਮੰਗਣਾ ਪੰਜਾਬੀਆਂ ਦਾ ਕਾਨੂੰਨ ਅਤੇ ਸੰਵਿਧਾਨਕ ਰਾਈਟ ਆ, ਅਸੀਂ ਉਹ ਮੰਗਦੇ ਹਾਂ। ਸਾਨੂੰ ਭੀਖ ਨਹੀਂ ਚਾਹੀਦੀ ਕਰਜ਼ਾ ਮਾਫੀ ਵਾਲੀ। ਦਰਅਸਲ ਸਿਮਰਜੀਤ ਸਿੰਘ ਬੈਂਸ ਨੇ ਕਰਜ਼ਾ ਮਾਫੀ ਨੂੰ ਭੀਖ ਇਸ ਲਈ ਕਿਹਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਭੀਖ ਨਹੀਂ ਚਾਹੀਦੀ। ਰਾਜਸਥਾਨ ਅਤੇ ਹੋਰਨਾਂ ਸੂਬਿਆਂ ਨੂੰ ਜੋ ਪੰਜਾਬ ਦਾ ਪਾਣੀ ਦਿੱਤਾ ਗਿਆ ਹੈ, ਉਹਨਾਂ ਦਾ ਟੈਕਸ ਉਹਨਾਂ ਸੂਬਿਆਂ ਤੋਂ ਵਸੂਲਿਆ ਜਾਣਾ ਚਾਹੀਦਾ ਹੈ ਅਤੇ ਉਸਦੀ ਇਨਕਮ ਪੰਜਾਬ ਨੂੰ ਦਿੱਤੀ ਜਾਣੀ ਚਾਹੀਦੀ ਹੈ, ਜੋ ਕਿ ਲਗਭਗ 16 ਲੱਖ ਕਰੋੜ ਬਣਦੀ ਹੈ। ਭੀਖ ਸਿਮਰਜੀਤ ਸਿੰਘ ਬੈਂਸ ਨੇ ਇਸ ਲਈ ਕਿਹਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜੋ ਹੱਕ ਹੈ ਉਹ ਤਾਂ ਪੰਜਾਬ ਨੂੰ ਮਿਲ ਨਹੀਂ ਰਿਹਾ, ਫਿਰ ਕਰਜ਼ਾ ਮਾਫੀ ਕਰਵਾ ਕੇ ਪੰਜਾਬੀਆਂ ਨੇ ਕੀ ਲੈਣਾ ਹੈ। ਜੇਕਰ ਪੰਜਾਬ ਨੂੰ ਉਸਦਾ ਹੱਕ ਯਾਨੀ ਕਿ 16 ਲੱਖ ਕਰੋੜ ਰੁਪਇਆ ਮਿਲ ਜਾਂਦਾ ਹੈ ਤਾਂ ਸਾਰੇ ਕਰਜ਼ੇ ਪੰਜਾਬ ਦੇ ਲਾ ਕੇ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਪੈਸਾ ਆ ਜਾਏਗਾ ਅਤੇ ਪੰਜਾਬ ਦੇ ਲੋਕ ਖੁਸ਼ਹਾਲ ਹੋ ਜਾਣਗੇ। ਉਹਨਾਂ ਦਾ ਇਹ ਵੀ ਦਾਅਵਾ ਹੈ ਕਿ 16 ਨਵੰਬਰ 2016 ਨੂੰ ਵਿਧਾਨ ਸਭਾ ਦੇ ਵਿੱਚ ਜੋ ਮਤਾ ਪਾਸ ਕੀਤਾ ਗਿਆ ਉਸਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਵਿਧਾਨ ਸਭਾ ਨੇ ਮਤਾ ਪਾਸ ਕਰ ਦਿੱਤਾ ਹੈ ਪਰ ਕੇਂਦਰ ਸਰਕਾਰ ਉਸ 'ਤੇ ਕੋਈ ਵੀ ਵਿਚਾਰ ਨਹੀਂ ਕਰ ਰਹੀ ਹੈ। ਇਸੇ ਕਰਕੇ ਉਹਨਾਂ ਨੇ ਗੱਲਾਂ ਦੇ ਵਿੱਚ ਕਰਜ਼ਾ ਮਾਫੀ ਨੂੰ 2-3 ਵਾਰ ਭੀਖ ਕਹਿ ਦਿੱਤਾ ਹੈ। ਕਿਸਾਨਾਂ ਬਾਰੇ ਭੀਖ ਵਾਲਾ ਇਹ ਕੋਈ ਪਹਿਲਾ ਬਿਆਨ ਨਹੀਂ ਹੈ ਜਿਹੜਾ ਕਿ ਕਿਸੇ ਪੰਜਾਬ ਦੇ ਲੀਡਰ ਨੇ ਦਿੱਤਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਕਿਸਾਨਾਂ ਦੀ ਤੁਲਨਾ ਭਿਖਾਰੀ ਨਾਲ ਕਰ ਚੁੱਕੇ ਨੇ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਸਿਗਨਲ 'ਤੇ ਕੋਈ ਭਿਖਾਰੀ ਬੈਠਾ ਹੁੰਦਾ ਹੈ ਤਾਂ ਉਹਨਾਂ ਨੂੰ ਪੈਸਾ ਦੇਣਾ ਨਹੀਂ ਬਣਦਾ, ਪਰ ਫਿਰ ਵੀ ਅਸੀਂ ਦਿੰਦੇ ਹਾਂ। ਉਹੀ ਹਾਲਾਤ ਕਰਜ਼ਾ ਮੁਆਫੀ ਦੇ ਵੀ ਨੇ। ਕਰਜ਼ਾ ਮੁਆਫ ਤਾਂ ਨਹੀਂ ਕਰਨਾ ਚਾਹੀਦਾ, ਪਰ ਫਿਰ ਵੀ ਸਰਕਾਰ ਨੂੰ ਕਰਜ਼ਾ ਮੁਆਫ ਕਰਨਾ ਪੈਣਾ ਹੈ ਅਤੇ ਸਾਡੀ ਸਰਕਾਰ ਮੁਆਫ ਕਰੇਗੀ। ਇਸ ਤੋਂ ਬਾਅਦ ਹੀ ਕਾਫੀ ਵਿਵਾਦ ਹੋਇਆ ਸੀ ਕਿ ਪੰਜਾਬ ਦੇ ਵਿੱਤ ਮੰਤਰੀ ਨੇ ਕਿਸਾਨਾਂ ਦੀ ਤੁਲਨਾ ਭਿਖਾਰੀ ਨਾਲ ਕਰ ਦਿੱਤੀ ਹੈ ਅਤੇ ਅਜਿਹਾ ਹੀ ਕੁਝ ਹੁਣ ਸਿਮਰਜੀਤ ਸਿੰਘ ਬੈਂਸ ਨਾਲ ਵੀ ਹੁੰਦਾ ਦਿਖਾਈ ਦੇ ਰਿਹਾ। ਭਾਵੇਂ ਕਿ ਉਹਨਾਂ ਨੇ ਰਾਜਸਥਾਨ ਅਤੇ ਹੋਰਨਾਂ ਸੂਬਿਆਂ ਤੋਂ 16 ਲੱਖ ਕਰੋੜ ਰੁਪਏ ਲੈਣ ਦੀ ਗੱਲ ਆਖੀ ਹੈ, ਪਰ ਉਹ ਗੱਲਾਂ ਦੇ ਵਿੱਚ ਕਰਜ਼ਾ ਮੁਆਫੀ ਨੂੰ ਭੀਖ ਦਾ ਨਾਂ ਦੇ ਬੈਠੇ ਨੇ। ਅਤੇ ਇਹੀ ਸਵਾਲ ਅਸੀਂ ਤੁਹਾਡੇ ਤੋਂ ਆਪਣੇ ਦਰਸ਼ਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਸਿਮਰਜੀਤ ਸਿੰਘ ਬੈਂਸ ਦਾ ਇਹ ਬਿਆਨ ਸਹੀ ਹੈ ਕਿ ਜਾਂ ਫਿਰ ਉਹ ਗਲਤ ਬਿਆਨ ਦੇ ਬੈਠੇ ਨੇ? ਇਸ ਬਾਰੇ ਤੁਹਾਡੀ ਕੀ ਰਾਏ ਹੈ? ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਰਾਏ ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ। ਜੇਕਰ ਤੁਸੀਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਇਸੇ ਤਰ੍ਹਾਂ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਦਾ ਪੰਜਾਬ ਟੀਵੀ ਨੂੰ ਯੂਟਿਊਬ 'ਤੇ ਸਬਸਕ੍ਰਾਈਬ ਜ਼ਰੂਰ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫੇਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ, ਹਰ ਖਬਰ ਦਾ ਸੱਚ। ਕਦੇ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਹਾਂ ਝੂਠੀ ਸਹੁੰ ਚੁੱਕ ਲਈ ਕਰਜ਼ਾ ਮਾਫੀ ਪੰਜਾਬ ਦਾ, ਕਿਸਾਨ ਕਰਜ਼ਾ ਮੁਕਤ, ਚਾਹੇ ਉਹ ਨੈਸ਼ਨਲ ਬੈਂਕਾਂ ਦਾ, ਉਹ ਕੋਆਪਰੇਟਿਵ ਬੈਂਕਾਂ ਦਾ, ਉਹ ਆੜ੍ਹਤੀਆਂ ਦਾ, ਅਤੇ ਉਹ ਝੂਠੀ ਸਹੁੰ ਜਿਹੜੀ ਆ ਚੰਦ ਦਿਨਾਂ ਦੇ ਵਿੱਚ ਗਿਰਗਿਟ ਵਾਂਗੂ ਰੰਗ ਬਦਲਦੇ ਹੋਏ ਆਪਣੀ ਅਸਲ ਗੱਲ ਦੇ ਉੱਤੇ ਆ ਜਾਂਦੇ। ਅੱਜ ਪੰਜਾਬ ਦੇ ਕਾਂਗਰਸੀ, ਇੱਥੋਂ ਤੱਕ ਕਿ ਤ੍ਰਿਪਤ ਰਜਿੰਦਰ ਬਾਜਵਾ ਵਰਗੇ ਸੀਨੀਅਰ ਵਜ਼ੀਰ ਕਹਿ ਰਹੇ ਵੀ ਇਹ ਸਾਡੇ ਵੱਸ ਦਾ ਕੰਮ ਨਹੀਂ ਜਿਹੜੀ ਕਰਜ਼ਾ ਮਾਫੀ ਕਰਨੀ ਹੈ।
दूजे पासे मोदी साहब जिहड़े जुमलेबाजी करन दे विच पूरे मन्ने परमन्ने आ उह आउंदे आ ते उह कांग्रेस दे उत्ते तंज कसदे आ, करजा माफी नहीं करदे, कांग्रेस दे उत्ते तंज कसदे आ। सानू पाणी दी कीमत 16 लाख करोड़ रुपया चाहीदी आ, 1 लाख करोड़ रुपये दा पंजाब दा किसान करजाई आ, ते तकरीबन 2.5 लाख तों 3 लाख रुपया जिहड़ा उह सरकार दे उत्ते करजे दी बोझ पंड हैगी आ। ना सानू किसान दे करजे दी भीख दी जरूरत ते ना सानू पंजाब दे सिर ते चढ़े करजे दी भीख दी जरूरत आ। सानू साडा पंजाबियां नू राइट चाहीदा, साडा राइट हैगा, साडा कानूनन अधिकार हैगा कि सानू जांदे मुफ्त दे विच पाणी दी कीमत जिहड़ी 16 नवंबर 2016 तक 16 लाख करोड़ रुपया बनती आ उह केंद्र अदा करे। असीं 1 लाख करोड़ नू की समझदे, असीं 2.5 लाख करोड़ नू की समझदे। अज तां पंजाब दे लोक, पंजाब दा खजाना दुबई तों वड्डा मजबूत हो सकदा। तो आम आदमी पार्टी असल दे विच वेंटीलेटर ते हैगी पंजाब दे अंदर, वह सोच रही है भी किसे तरीके जिहड़ा वेंटीलेटर आ पंजाब दे अंदर आम आदमी पार्टी दा उतर जे, किसे तरीके जिहड़े आम आदमी पार्टी दे ओ MLA जिहड़े लोकां दी आवाज़ नूं पछाणदे होए, जिहड़े लोकां दी नब्ज़ नूं देखदे होए सुखपाल खहरा दा साथ दे रहे, वह किसे तरीके तोड़ के दिल्ली वाले उन्हां नूं अपना हथ ठोका ते मोहरा बनाउणा चाहुंदे आ। मेरा नहीं ख्याल कि उन्हां चों कोई भी दिल्ली वालियां दीआं गल्लां दे विच आएगा, कोई भी वापसी जिहड़ा दिल्ली दरबार दे विच जाके नक रगड़ेगा कदे नहीं हो सकदा। नहीं इह तां एवें सोशल मीडिया दे उत्ते जिहड़े आम आदमी पार्टी दे वर्कर्स बैठे आ, तां कैप्टन अमरिंदर सिंह महाराज पिंड दे विचों हर गए, बादल सरदार प्रकाश सिंह बादल 5 वारी दे मुख्यमंत्री अपने पिंड दे विचों हर गए। खहरा बड़ा रड़कदा, मुख्यमंत्री कैप्टन अमरिंदर सिंह महाराज पिंड तों हरे, प्रकाश सिंह बादल अपने बादल पिंड तों हरे, दिग्गज दिग्गज भगवंत मान उन्हां दे जद्दी पिंड तों खुद उन्हां दा आम आदमी पार्टी दा सरपंच हर गया, उन्हूं किसे ने कंसिडर नहीं कीता ते खहरे वाली गल नूं बड़ा तूलदे रहे। इह गल्लां बड़ियां छोटियां ते निर्मूल ने। नहीं इह गल जे मैं कह दिया कि प्रकाश सिंह बादल 5 वार दे मुख्यमंत्री आ ते उह अपने पिंड दी सरपंची नहीं जित सके, मौजूदा कांग्रेस पार्टी दे मुख्यमंत्री कैप्टन अमरिंदर सिंह पिंड महाराज जिहड़ा बठिंडा जिले दे अंदर आ, उह अपने पिंड दी सरपंची नहीं जित सके। फिर आया कि असीं कह दें कि वह मुख्यमंत्री दा उहदे तों अस्तीफा देवे, उह अपने पिंड चों अपना सरपंच नहीं जिता सकिया। श्रोमणी अकाली दल दा प्रधान सुखबीर बादल अकाली दल तों रिजाइन देवे, साबका मुख्यमंत्री प्रकाश सिंह बादल सरप्रस्ती तों रिजाइन देवे, हरसिमरत कौर बादल केंद्र दी कैबिनेट वजीर हैगी उह कैबिनेट वजीरी तों रिजाइन देवे। सो इह गल्लां सिर्फ ते सिर्फ खहरे ते क्यों लागू हुंदियां ने। मैं कह के हटिया कि आम आदमी पार्टी पंजाब दे विच वेंटीलेटर दे उत्ते आ, पंजाब दे अंदर लोक बुरी तरह दे नाल इहनूं नकार चुके आ। इह सिर्फ ते सिर्फ गल्लां सिर्फ ते सिर्फ ऐसे ऐसियां गल्लां करके दुबारा पंजाब दे अंदर रिवाइव होण दा जतन आ जिहनूं पंजाबी कदे भी सफल नहीं होण देणे। क्योंकि केजरीवाल साहब नो डाउट ईमानदार पर एरोगेंटनैस ने, अज पंजाब दीआं बसां जिहड़ियां ने रोडवेज PRTC दीआं वोल्वो बसां एयरपोर्ट ते फड़ के केजरीवाल दी सरकार केजरीवाल उन्हां नूं अंदर कर रहा, ते जिहड़ी बादलां दी लूट माफिया ट्रांसपोर्ट हैगी आ वोल्वो बादलां दीआं बसां ने इंडो कनेडियन उह धड़ाधड़ सवारियां भर के लई आ। पंजाबी किहड़े मूंह नाल आम आदमी पार्टी नूं वोट दे देणगे, किहड़े मूंह नाल केजरीवाल नूं सपोर्ट कर देणगे। मैं इस गल नाल असहमत हैगा, मैं इह पहलां वी गल कही सी कि जे ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਵਾਪਸ ਆ ਜੇ ਉਹਨੂੰ ਭੁੱਲਿਆ ਨਹੀਂ ਗਿਣਦੇ, ਪਰ ਸੇਖਮਾ ਸਾਹਿਬ ਡਾਕਟਰ ਰਤਨਜ ਨਾਲਾ ਜੀ ਐਂਡ ਬ੍ਰਹਮਪੁਰਾ ਸਾਹਿਬ ਇਹ ਸਾਰੇ ਕਹਿੰਦੇ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੰਗੇ ਆ, ਮਜੀਠੀਆ ਤੇ ਸੁਖਵੀਰ ਬਾਦਲ ਮਾੜੇ ਆ। ਪੰਜਾਬੀ ਦੀ ਇੱਕ ਕਹਾਵਤ ਆ ਵੀ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਹੋਣ ਪੰਜਾਬ ਦੇ ਅੰਦਰ, ਚਾਹੇ ਉਹ ਬਿਕਰਮ ਮਜੀਠੀਆ ਹੋਵੇ ਚਾਹੇ ਉਹ ਸੁਖਵੀਰ ਸੈਨਾ ਹੋਵੇ, ਲੁੱਟ ਕਰੇ ਮਾਫੀਆ ਬਣਾ ਬਣਾ ਕੇ ਲੋਕਾਂ ਨੂੰ ਕੁੱਟੇ, ਤੇ 5 ਵਾਰੀ ਵਾਲਾ ਮੁੱਖ ਮੰਤਰੀ ਤਮਾਸ਼ਬੀਨ ਬਣ ਕੇ ਦੇ ਦਿਓ, ਸਾਰਾ ਕੁਛ ਸਹਿਮਤੀ ਦੇ ਨਾਲ ਹੋਇਆ। ਉਹਨਾਂ ਦੀ ਇਸ ਗੱਲ ਤੋਂ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਅਸੈਪਟ ਕਰਦੇ ਹਾਂ ਅਸੀਂ, ਇਸ ਗੱਲ ਤੋਂ ਉਹਨਾਂ ਦੀ ਸੱਚਾਈ ਸਾਹਮਣੇ ਆਉਂਦੀ ਹੈ ਕਿ ਉਹ ਬਾਦਲਾਂ ਦੇ ਪ੍ਰਤੀ ਬਹੁਤ ਵੱਡੀ ਪੱਧਰ ਤੇ ਪੋਜ਼ਿਟਿਵ ਹੈ। ਆਮ ਆਦਮੀ ਪਾਰਟੀ ਦੇ ਨਾਲੋਂ ਲੋਕ ਇਨਸਾਫ ਪਾਰਟੀ ਦਾ ਗੱਠਜੋੜ ਇਸ ਸ਼ਰਤ ਦੇ ਉੱਤੇ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਨੇ ਮਾਫੀਆ ਬਣਾ ਕੇ ਪੰਜਾਬ ਦੀ ਪਵਿੱਤਰ ਧਰਤੀ ਦੇ ਉੱਤੇ ਚਿੱਟੇ ਦਾ ਪ੍ਰਚਲਨ ਕੀਤਾ, ਉਹਨਾਂ ਨੂੰ ਫੜ ਕੇ ਉਹਨਾਂ ਦੇ ਉੱਤੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਬੰਦ ਕਰਨਾ, ਅਤੇ ਕੇਜਰੀਵਾਲ ਸਾਹਿਬ ਨੇ ਤਾਂ ਬਿਕਰਮ ਮਜੀਠੀਏ ਨੂੰ ਮਾਫ਼ੀ ਮੰਗਦੇ ਹੋਏ ਕਲੀਨ ਚਿੱਟ ਦੇ ਤੀ। ਸੋ ਇੱਕ ਆਈਡਿਆਲੋਜੀ ਦੇ ਆਧਾਰਿਤ ਗੱਠਜੋੜ ਸੀ ਜਿਹੜਾ ਜਿੱਦਣ ਮਾਫ਼ੀ ਮੰਗ ਕੇ ਕਲੀਨ ਚਿੱਟ ਦਿੱਤੀ ਗਈ, ਉਸੇ ਦਿਨ ਆਮ ਆਦਮੀ ਪਾਰਟੀ ਦੇ ਨਾਲੋਂ ਲੋਕ ਇਨਸਾਫ਼ ਪਾਰਟੀ ਦਾ ਗੱਠਜੋੜ ਖਤਮ ਹੋ ਗਿਆ। ਹਾਂ, ਕੇਜਰੀਵਾਲ ਸਾਹਿਬ ਦੁਬਾਰਾ
ਬਿਕਰਮ ਮਜੀਠੀਆ ਨੂੰ ਜਿਹੜੀ ਕਲੀਨ ਚਿੱਟ ਦਿੰਦੇ ਹੋਏ ਮਾਫ਼ੀ ਮੰਗੀ ਗਈ ਆ ਉਹ ਤੋਂ ਪਿੱਛੇ ਹਟਣ, ਇਹ ਕਹਿਣ ਕਿ ਹਾਂ ਮਜੀਠੀਆ ਚਿੱਟਾ ਵੇਚਿਆ ਪੰਜਾਬ ਦੇ ਅੰਦਰ, ਪੰਜਾਬ ਦੇ ਅੰਦਰ ਚਿੱਟੇ ਦਾ ਗੰਦਗੀ ਦਾ ਬੂਟਾ ਲਾਉਣ ਵਾਲਾ ਬਿਕਰਮ ਮਜੀਠੀਆ, ਫਿਰ ਅਸੀਂ ਸੋਚ ਸਕਦੇ ਹਾਂ। ਅਸਲ ਦੇ ਵਿੱਚ ਕਿਸਾਨ ਵਿਚਾਰਾ ਕਰੇ ਕੀ? ਕਿਸਾਨ ਕਦੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਾਉਣ ਲਈ ਸੜਕਾਂ 'ਤੇ ਬੈਠਦਾ? ਕਿਸਾਨ ਕਦੇ ਆਪਣੇ ਵੇਚੇ ਹੋਏ ਗੰਨੇ ਦੀ 400 ਕਰੋੜ ਰੁਪਏ ਤੋਂ ਵੱਧ ਕੀਮਤ ਲੈਣ ਵਾਸਤੇ ਸੜਕਾਂ 'ਤੇ ਬੈਠਦਾ? ਕਦੇ CCL ਵਾਸਤੇ ਸੜਕਾਂ 'ਤੇ ਬੈਠਦਾ? ਅਤੇ ਅੱਜ ਕਿਹੜੀ ਸਰਕਾਰ ਹੈਗੀ ਆ ਵੋਟਾਂ ਬਟੋਰਨ ਵਾਸਤੇ? ਮੇਰਾ ਖਿਆਲ ਨਾ BJP ਨੇ ਕਸਰ ਛੱਡੀ ਵੋਟਾਂ ਬਟੋਰਨ ਵਾਸਤੇ, ਨਾ ਅਕਾਲੀਆਂ ਅਤੇ ਨਾ ਹੀ ਕਾਂਗਰਸੀਆਂ ਨੇ ਕੋਈ ਕਸਰ ਛੱਡੀ ਹੈ। ਅੱਜ ਮੇਰੀ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਇਹ ਅਪੀਲ ਅਤੇ ਬੇਨਤੀ ਹੈ, ਪਾਣੀ ਦੇ ਉੱਤੇ ਸਭ ਤੋਂ ਪਹਿਲਾਂ ਅਧਿਕਾਰ ਕਿਹਦਾ? ਪੰਜਾਬ ਦੇ ਵਗਦੇ ਪਾਣੀਆਂ ਦੇ ਉੱਤੇ ਸਭ ਤੋਂ ਪਹਿਲਾਂ ਅਧਿਕਾਰ ਪੰਜਾਬ ਦੇ ਕਿਸਾਨ ਦਾ, ਮਾਲਕੀ ਪੰਜਾਬ ਦੇ ਕਿਸਾਨ ਦੀ ਹੈ। ਅੱਜ ਕਿਸਾਨਾਂ ਨੂੰ ਭੀਖ ਨਹੀਂ ਮੰਗਣੀ ਚਾਹੀਦੀ ਕਰਜ਼ਾ ਮਾਫ਼ੀ ਦੀ, ਅੱਜ ਕਿਸਾਨਾਂ ਨੂੰ ਇਨਕਲਾਬ ਜਿੰਦਾਬਾਦ ਬੋਲਦੇ ਹੋਏ ਡਿਮਾਂਡ ਕਰਨੀ ਚਾਹੀਦੀ ਕਿ ਸਾਡੀ ਕਾਨੂੰਨ ਜਿਹੜੀ ਮੰਗ ਹੈਗੀ ਆ ਪੰਜਾਬ ਦੇ ਪਾਣੀ ਦੀ ਕੀਮਤ 16 ਲੱਖ ਕਰੋੜ ਰੁਪਈਆ ਰਾਜਸਥਾਨ ਤੋਂ ਰਿਕਵਰ ਕਰਨ ਲਈ ਕਿਸਾਨਾਂ ਨੂੰ ਸੜਕਾਂ ਦੇ ਉੱਤੇ ਆਉਣਾ ਚਾਹੀਦਾ।